ਕਈ ਵੀਰ ਕਹਿੰਦੇ ਦੇ ਰੇਟ ਜ਼ਿਆਦਾ ਹੈ, ਕਈ ਕਹਿੰਦਾ ਵੀਰੇ ਦੇਖੋ 7 ਸਾਢੇ 7 ਲੱਖ ਦੀ ਗੱਡੀ ਗੁੱਤੀ ਚਾਲੀ ਯਾਰ ਵੱਧ ਮੰਗਾਂਗੇ ਫਿਰ ਹੀ ਸੌਦਾ ਆਊਗਾ ਫਿੱਟ। ਆ ਮਾਂ ਵੀ ਘਰਾਂ 'ਚ ਮੱਝ ਜਾਂ ਡੰਗਰ ਜਾਂ ਟਰੈਕਟਰ ਵੇਚਦੇ ਹੁੰਦੇ, ਉਦੋਂ ਵੀ ਆਪਾਂ ਵੱਧ ਮੰਗਦੇ ਹਾਂ, ਫਿਰ ਹੀ ਜਾ ਕੇ ਉੱਥੇ ਸੌਦਾ ਹੁੰਦਾ ਹੁੰਦਾ। ਤੇ ਤੁਸੀਂ ਦੇਖੋ ਟੈਂਸ਼ਨ, ਦੋਵੇਂ ਭੈਣਾਂ ਹੀ ਲੱਗਦੀਆਂ, ਬਸ ਇਹਨੂੰ ਆਪਾਂ ਪੀਵੀ ਨੰਬਰ ਲਾ ਕੇ ਦੇਣਾ, ਇਹਦੀ ਵੀਡੀਓ ਪਾਈ ਹੋਈ, ਇਹ ਆਪਾਂ ਨਵੀਂ ਲਈਏ ਕੱਲ, ਇਹਨੂੰ ਸਿਰ ਪਾਣੀ ਮਾਰ ਕੇ ਆਪਾਂ ਤੁਹਾਨੂੰ ਵੀਡੀਓ ਹੀ ਪਾਉਣ ਲੱਗੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਭ ਦਾ ਬਹੁਤ ਬਹੁਤ ਧੰਨਵਾਦ, ਆਪਦੇ ਭਰਾ ਨੂੰ ਇੰਨਾ ਪਿਆਰ ਦਿੰਦੇ ਹੋ, ਤੇ ਤੁਹਾਡੇ ਵਾਸਤੇ ਫਿਰ ਇੱਕ ਹੋਰ ਨਵੀਂ ਬਲੌਗ ਲੈ ਕੇ ਆ ਗਿਆ, ਨਵੀਂ ਵੀਡੀਓ ਲੈ ਕੇ ਆ ਗਿਆ, ਜਿਹੜੀ ਕਿ ਕਰੇਟਾ ਦੀ, ਕਰੇਟਾ ਦਾ ਆਪਣੇ ਕੋਲ ਇਸ ਟਾਈਮ ਜੋੜਾ ਖੜਾ, ਦੋਵੇਂ ਦਿਖਾਉਣੇ ਆ, ਦੋਵੇਂ ਕਾਪੀ ਏ, ਬਸ ਇੱਕ ਨੂੰ ਪੀਵੀ ਨੰਬਰ ਏ, ਇੱਕ ਨੂੰ ਦਿੱਲੀ ਨੰਬਰ ਏ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਤੇ ਤੁਹਾਨੂੰ ਸਾਰਿਆਂ ਨੂੰ ਫਿਰ ਦੁਬਾਰਾ ਸਤਿ ਸ੍ਰੀ ਅਕਾਲ, ਤੇ ਆਪਣੇ ਚੈਨਲ ਨੂੰ ਫੋਲੋ ਕਰੋ, ਤੇ ਵੱਧ ਤੋਂ ਵੱਧ ਵੀਡੀਓ ਤੁਸੀਂ ਹੋਰ ਦੇਖੋ, ਤੇ ਆਪਦੇ ਵੀਰ ਦਾ ਸਾਥ ਦਿਓ, ਉਧਰ ਵੱਧ ਤੋਂ ਵੱਧ ਵੇਖਿਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਆ ਜਾਓ ਆਪਾਂ ਤੁਹਾਨੂੰ ਅੱਜ ਕਰੇਟਾ ਦਿਖਾਉਣੇ ਆ, ਇਹ ਕਰੇਟਾ ਹੈ, ਪਹਿਲਾਂ ਤੁਸੀਂ ਵੇਖੋ ਇਹ ਆ ਜਾਂ ਇਹ ਆ। ਹਾਂ ਇਹ ਕਰੇਟਾ PV5 ਨੰਬਰ ਏ, ਆ ਜਾਓ ਤੁਹਾਨੂੰ ਇਹਦੀ ਫੁੱਲ ਵੀਡੀਓ ਆਪਾਂ ਦਿਖਾਉਣੇ ਆ। ਦੇਖੋ ਦੋਵੇਂ ਭੈਣਾਂ ਹੀ ਲੱਗਦੀਆਂ, ਬਸ ਇਹਨੂੰ ਆਪਾਂ PV ਨੰਬਰ ਲਾ ਕੇ ਦੇਣਾ, ਇਹਦੀ ਵੀਡੀਓ ਪਾਈ ਹੋਈ ਏ, ਇਹ ਆਪਾਂ ਨਵੀਂ ਲਈਏ ਕੱਲ, ਇਹਨੂੰ ਸਿਰ ਪਾਣੀ ਮਾਰ ਕੇ ਆਪਾਂ ਤੁਹਾਨੂੰ ਵੀਡੀਓ ਹੀ ਪਾਉਣ ਲੱਗੇ ਆ। ਤੇ ਗੱਡੀ PV5 ਨੰਬਰ ਦੀ ਕਰੇਟਾ 1.6 ਏ, 6 ਏਅਰਬੈਗ ਇਹਦੇ ਚ, 1.6 ਏ, ਪੁਸ਼ ਬਟਨ ਸਟਾਰਟ ਏ ਜੀ, ਦੇਖੋ ਲੱਗਦੀਆਂ ਘੈਂਟ ਖੜੀਆਂ ਆਪਣੀ, ਜ਼ਿਆਦਾ ਇੱਥੇ ਆਪਣੇ ਪੰਜਾਬ 'ਚ ਤੁਹਾਨੂੰ ਪਤਾ ਵਾਈਟ ਦਾ ਹੀ ਕਰੇਜ, ਸਾਰੀਆਂ ਵਾਈਟ ਹੀ ਖੜੀਆਂ ਹਰ ਪਾਸੇ। ਆ ਦੇਖੋ, ਚਲੋ ਆ ਜਾਓ, ਉਹਦੇ ਵੀ ਲਾਏ ਸੇਮ ਹੀ ਏ, ਇਹਦੇ ਵੀ ਲਾਏ ਸੇਮ ਏ, ਬੀਮਾ ਇਹਦਾ ਫੁੱਲ ਏ, ਪੰਜਾਬ ਨੰਬਰ ਏ, ਲੱਗੀ ਵੱਜੀ ਦੀ ਪੇਂਟ ਦੀ ਸਾਡੀ ਫੁੱਲ ਗਰੰਟੀ ਏ, ਸਾਰੇ ਕੱਚ ਸ਼ੀਸ਼ੇ ਸਭ ਕੁਝ ਨਾਲ ਦਾ। ਗੱਡੀ ਦੀ ਤੁਸੀਂ ਲੁੱਕ ਪਹਿਲਾਂ ਦੇਖ ਲਓ, ਤੁਹਾਨੂੰ ਮੈਂ ਚੈੱਕ ਕਰਵਾ ਦਿੰਦਾ ਸਾਈਡਾਂ ਤੋਂ, ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ ਇਹਦੇ ਬਾਰੇ। ਕੀ ਰੂਹ ਖੁਸ਼ ਹੋ ਜਾਊਗਾ ਕਰਾਂ ਕਿ ਇੰਨੀ ਕੁ ਸੋਹਣੀ ਗੱਡੀ, ਕਰੋ ਚੈੱਕ, ਐਡ ਤੋਂ ਬਾਹਰ ਕੱਢੀਆਂ ਨੇ, ਕੋਈ ਜਗ੍ਹਾ ਥੋੜੀ, ਆਪਣੇ ਗੱਡੀਆਂ ਬਾਹਰ ਵੀ ਖੜੀਆਂ, ਕੁਝ ਗੱਡੀਆਂ ਮੋਗੇ ਵੀ ਖੜੀਆਂ, ਚਲੋ ਮਾੜਾ ਮੋਟਾ ਨਾਲ ਨਾਲ ਜਿਵੇਂ ਜਿਵੇਂ ਕੰਮ ਕੁੰਮ ਮਾੜਾ ਮੋਟਾ ਹੋਈ ਜਾਂਦਾ। ਆਹ ਦੂਜੀ ਇਹਦੇ ਵੀ ਲਾਏ ਸੇਮ ਏ, ਇਹਦੇ ਵੀ ਲਾਏ ਸੇਮ ਏ, ਚੱਕੋ ਇਹ PV ਨੰਬਰ ਏ, ਇਹ UP ਨੰਬਰ ਏ। ਆ ਜਾਓ ਹੁਣ ਤੁਹਾਨੂੰ ਪੈਂਦੀਆਂ ਬਾਰੀਆਂ ਤੇ ਵਿੱਚੋਂ ਚੈੱਕ ਕਰਾਉਣੇ ਆ, ਹਲੋ ਚੱਕੋ ਜੀ, ਸ਼ੀਟ ਕਵਰ ਬਹੁਤ ਸੋਹਣੇ ਪਾਏ ਨੂੰ, ਮਹਿੰਗੇ ਵਾਲੇ ਆ, ਜਿਵੇਂ ਆਪਾਂ ਤਾਂ ਚਲੋ ਸਸਤੇ ਪਾਈ ਦੇ, ਬਾਕੀ ਇਹ ਮਹਿੰਗੇ ਵਾਲੇ ਆ। ਪੁਸ਼ ਬਟਨ ਸਟਾਰਟ ਹੈ, ਪੁਸ਼ ਬਟਨ ਸਟਾਰਟ ਹੈ, ਸਟੇਅਰਿੰਗ ਤੇ ਬਟਨ ਆ ਗਏ, ਸਟੇਅਰਿੰਗ ਕਵਰ ਚ ਮੜਿਆ ਆ, ਸਕਰੀਨ ਲੱਗੀ ਵਿੱਚ, ਤੇ ਆ ਵਿੱਚ ਰੱਖਣ ਰੁੱਖਣ ਨੂੰ ਐਨਕ ਉਨਕ ਰੱਖਣ ਨੂੰ ਆ ਗਿਆ, ਆ ਲਾਈਟਾਂ ਆ ਗਈਆਂ, ਇੱਕ ਸ਼ੀਸ਼ਾ, ਮੈਡਮ ਵਾਸਤੇ ਇੱਥੇ ਆਪ ਬੀਬੀਆਂ ਦੇਖਣ, ਆਪਦਾ ਮੇਕਅਪ ਕਰਨ ਵਾਸਤੇ, ਤੇ ਏਅਰਬੈਗ ਆ ਗਏ ਏਅਰਬੈਗ, ਤੇ ਏਅਰਬੈਗ ਵੀ ਕਾਫੀ ਇਹਦੇ ਚ, ਤੇ ਡੈਸ਼ਬੋਰਡ ਦੀ ਬਹੁਤ ਨਵੀਂ ਸੋਹਣੀ ਗੱਡੀ ਆ ਕੁੱਲ ਮਿਲਾ ਕੇ ਤੁਹਾਡੇ ਸਾਹਮਣੇ। ਸ਼ੀਟ ਕਵਰ ਵੀ ਬਹੁਤ ਨਵੇਂ ਆ, ਹੁਣ ਥੋੜੀ ਕੁਆਲਿਟੀ ਅੰਦਰ ਕੜੀ ਕਰਕੇ ਨਾ ਘਟੀ ਹੋਈ ਅੰਦਰੋਂ ਦੀ, ਕੁੱਲ ਮਿਲਾ ਕੇ ਸੋਹਣੀ ਆ। ਅਜੇ ਤੁਹਾਨੂੰ ਬਾਰੀਆਂ ਚੈੱਕ ਕਰਾ ਦਿੰਦੇ ਹਾਂ, ਕਰੋ ਚੈੱਕ, ਕੋਈ ਰੈਸਟਿੰਗ ਕੋਈ ਕੁਝ ਨਹੀਂ ਹੈ, ਓਕੇ ਜੀ।
ਡਿੱਗੀ ਵੀ ਚੈੱਕ ਕਰ ਹੀ ਲਓ। ਓਕੇ, ਡਿੱਗੀ ਵੀ ਨਾਲ ਦੀ ਕੋਈ ਪੀਸ ਚੇਂਜ ਨਹੀਂ, ਕੋਈ ਲੈਣਾ ਕੋਈ ਦੇਣਾ ਨਹੀਂ, ਚੱਕੋ। ਠੀਕ ਹੈ, ਸਟਿੱਪ ਨਹੀਂ ਵੀ ਆ ਰਹੀ, ਅੰਦਰੋਂ ਵੀ ਐਂ ਸਾਫ ਸੁਥਰੀ ਹੈ ਜਮਾਂ। ਆ ਜਾਓ ਇੱਧਰਲੀ ਬਾਰੀ ਚੈੱਕ ਕਰੋ, ਸੀਟਾਂ ਛੂਟਾਂ ਕੋਈ ਪਾਰਟੀ ਨਹੀਂ, ਕੁਝ ਨਹੀਂ। ਡਰਾਈਵਰ ਸਾਈਡ ਬਾਰੀ ਚੈੱਕ ਕਰ ਲਓ, ਅੰਦਰ ਫਰੇਮ ਦੀ ਬਹੁਤ ਨਵੀਂ, ਦੇਖੋ ਚੱਕੋ ਐ ਬਿਲਕੁਲ ਨਵੀਂ। ਚੰਗੀ ਲੱਗੀ ਮੈਨੂੰ, ਬਹੁਤ ਸੋਹਣੀ ਲੱਗੀ ਕਾਰ, ਤਾਂ ਹੀ ਫਿਰ ਆਪਾਂ ਚੱਕ ਲੈਂਦੀ। ਛੱਤ ਛੁੱਤਰਾ ਵਗੈਰਾ ਹਰ ਮਤਲਬ ਕੋਈ ਕਮੀ ਨਹੀਂ ਹੈਗੀ ਗੱਡੀ 'ਚ। ਅੱਜ ਤੁਹਾਨੂੰ ਡੈਸ਼ਬੋਰਡ ਚੱਕ ਕੇ ਦਿਖਾ ਦਿੰਦੇ, ਕੋਸ਼ਿਸ਼ ਕਰਦੇ ਨੇ ਆਪਾਂ ਜਲਦੀ ਜਲਦੀ ਤੁਹਾਨੂੰ ਸਾਰੀ ਵੀਡੀਓ ਦਿਖਾਈਏ, ਤੇ ਪਰ ਚਲੋ 5-4 ਮਿੰਟ ਦੀ 6 ਦੀ ਲੱਗ ਹੀ ਜਾਂਦੀ, ਪਰ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ, ਸਹਿਯੋਗ ਦਿਆ ਕਰੋ ਵੱਧ ਤੋਂ ਵੱਧ ਆਪਦੇ ਭਰਾ ਨੂੰ। ਐਪਰਨ ਦੇਖ ਲਓ, ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹੋ ਹੀ ਹੁੰਦਾ ਕਿ ਤੁਹਾਨੂੰ ਅਸੀਂ ਤੁਹਾਡਾ ਗੇੜਾ ਨਾ ਪਵੇ, ਕੋਈ ਇੱਥੇ ਕਿ ਤੁਸੀਂ ਕੋ ਆ ਨਹੀਂ ਤੇ ਉਹ ਨਿਕਲੀ ਹੈ ਨਾ, ਉਹ ਨਹੀਂ ਆ। ਠੀਕ ਹੈ, ਦੋਵੇਂ ਐਪਰਨ ਚੈੱਕ ਕਰ ਲਓ, ਉੱਤੋਂ ਹਜੇ ਵੀ ਧੋਣ ਵਾਲੀ ਸੀ, ਪਾਣੀ ਦੇ ਇੰਜਨ ਤੇ ਪੂਰਾ ਵੀ ਨਹੀਂ ਮਾਰਿਆ, ਕਿਉਂਕਿ ਇੰਨਾ ਟਾਈਮ ਕੋਈ ਨਹੀਂ ਹੁੰਦਾ, ਜਲਦੀ ਜਲਦੀ ਗੱਡੀ ਆਉਂਦੀ ਹੈ ਤੇ ਫਿਰ ਹੁੰਦਾ ਹੈ ਕਿ ਛੇਤੀ ਤੋਂ ਛੇਤੀ ਆਪਾਂ ਭਾਰੀਏ ਨੈੱਟ ਤੇ। ਹਾਂ ਦੇਖੋ, ਦੋਵੇਂ ਘੈਂਟ ਜਿਹੜੀ ਮਰਜ਼ੀ ਚੱਕ ਲਓ, ਉਹਨੂੰ ਨੰਬਰ ਸੋਣਾ, ਪਰ ਉਹ ਵੀ ਪੀਵੀ ਨੰਬਰ ਮਿਲੂਗੀ, ਉਹਦੀ ਐਨਓਸੀ ਕੱਟ ਨਹੀਂ ਦਿੱਤੀ, ਬਸ ਇੱਕ ਦਿਨ ਤੱਕ ਆ ਗਈ, ਉਹਨੂੰ ਪੀਵੀ ਨੰਬਰ ਲਾ ਦਾਂਗੇ। ਚਲੋ ਇਹ ਤਾਂ ਹੈਗੀ ਪੀਵੀ ਨੰਬਰ, ਸੈਕਿੰਡ ਓਨਰ ਦੇ ਪ੍ਰਦੂਸ਼ਣ ਬੀਮਾ ਫੁੱਲ ਲੈਂਦਾ, ਲੋਨ ਵੀ ਹੋ ਜਾਊਗਾ, 6.5-6 ਲੱਖ ਰੁਪਏ ਦਾ ਲੋਨ ਵੀ ਇਹਦੇ 'ਤੇ ਹੋ ਜਾਊਗਾ, ਅਤੇ ਜਿਹੜੇ ਵੀਰ ਨੇ ਖਰੀਦਣੇ ਹੋਵੇ ਤਾਂ ਤੁਸੀਂ ਖਰੀਦ ਸਕਦੇ ਹੋ, ਅਤੇ ਬਾਕੀ ਤੁਸੀਂ ਵੱਧ ਤੋਂ ਵੱਧ ਉਹਦੇ ਭਰਾ ਦਾ ਸਾਥ ਦਿਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਜੇ ਤੁਸੀਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਤੁਹਾਨੂੰ ਐਂ ਵੱਧ ਤੋਂ ਵੱਧ ਗੱਡੀਆਂ ਲੈ ਕੇ ਆਵਾਂ ਕਰਾਂਗੇ। ਅਤੇ ਰੇਟ ਇਹਦਾ ਹੈਗਾ, ਇਹਦਾ ਵੀ 7.5 ਲੱਖ ਰੁਪਈਆ, ਉਹਦਾ ਵੀ 7.5 ਲੱਖ ਰੁਪਈਆ, ਜਿਹੜੀ ਮਰਜ਼ੀ ਤੁਸੀਂ ਖਰੀਦ ਸਕਦੇ ਹੋ, ਰੇਟ ਦੋਵਾਂ ਦਾ 7.5 ਲੱਖ ਰੁਪਈਆ। ਜੇ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਵੱਧ ਤੋਂ ਵੱਧ ਸਪੋਰਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਆਪਦੇ ਵੀਰ ਦਾ ਸਾਥ ਦਿਓ, ਅਤੇ ਇਵੇਂ ਤੁਹਾਡੇ ਅਤੇ ਵੱਖ ਵੱਖ ਵੀਡੀਓ ਲੈ ਕੇ ਆਵਾਂਗੇ। ਅਤੇ ਤੁਹਾਨੂੰ ਕਿਵੇਂ ਦੀ ਕਰੇਟਾ ਲੱਗੀ, ਗੱਡੀ ਕਿਵੇਂ ਦੀ ਲੱਗੀ, ਚਲੋ ਰੇਟ ਕਿਸੇ ਨੂੰ ਸਮਝ ਆਵੇ ਜਾਂ ਨਾ ਆਵੇ, ਬਾਕੀ ਤੁਹਾਨੂੰ ਗੱਡੀ ਕਿਹੋ ਜਿਹੀ ਲੱਗੀ ਉਹ ਤੁਸੀਂ ਮੈਨੂੰ ਕਮੈਂਟ ਨਾਲ ਜ਼ਰੂਰ ਭੇਜਿਆ ਕਰੋ। ਕਈ ਵੀਰ ਕਹਿੰਦੇ ਉਹਦੇ ਰੇਟ ਜ਼ਿਆਦਾ ਹੈ, ਕਈ ਕਹਿੰਦਾ ਵੀਰੇ ਦੇਖੋ 7-7.5 ਲੱਖ ਦੀ ਗੱਡੀ, 30-40 ਹਜ਼ਾਰ ਵੱਧ ਮੰਗਾਂਗੇ ਫਿਰ ਹੀ ਸੌਦਾ ਹੋਊਗਾ ਫਿੱਟ, ਆਮ ਹੀ ਘਰਾਂ 'ਚ ਮੱਝ ਜਾਂ ਡੰਗਰ ਜਾਂ ਟਰੈਕਟਰ ਵੇਚਦੇ ਹੁੰਦੇ, ਉਦੋਂ ਵੀ ਆਪਾਂ ਵੱਧ ਮੰਗਦੇ ਹਾਂ, ਫਿਰ ਹੀ ਜਾ ਕੇ ਉੱਥੇ ਸੌਦਾ ਹੁੰਦਾ ਹੁੰਦਾ, ਅਤੇ ਤੁਸੀਂ ਟੈਨਸ਼ਨ ਨਾ ਲਿਆ ਕਰੋ। ਦੋ ਜਿੰਦਾ ਫਿਕਸ ਕਹਿ ਦਿਓ ਚੱਲ ਫਿਕਸ ਏ, ਬਾਕੀ ਜਿਹੜਾ ਐਂ ਆ ਉਹ ਜਿਵੇਂ 7.5 ਲੱਖ ਕੋਈ ਮਾਨਤਨ ਜ਼ਰੂਰ ਵਿੱਚੋਂ ਕਰਾਂਗੇ, ਤੁਸੀਂ ਸਾਡਾ ਸਾਥ ਦਿਓ, ਅਤੇ ਧੰਨਵਾਦ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ, ਧੰਨਵਾਦ ਜੀ।